ਸਾਹਿਤ ਸਮੁੰਦਰ ਤੇ ਆਪ ਸਭ ਦਾ ਸਵਾਗਤ ਹੈ। ਪੇਸ਼ ਹੈ ਇਸ ਚੈਨਲ ਤੇ ਤੀਸਰੀ ਸਵੈ ਰਚਿਤ ਕਵਿਤਾ, ਜੋ ਕਿ ਬਰੂ ਕੌਰ ਜੀ ਦੁਆਰਾ ਲਿਖਿਤ ਹੈ। ਉਹਨਾਂ ਦੀ ਕਵਿਤਾ ਦਾ ਸਿਰਲੇਖ ਮਾਤਾ ਪਿਤਾ। ਕੁਝ ਰਿਸ਼ਤੇ ਜ਼ਿੰਦਗੀ ਵਿੱਚ ਖਾਸ ਜਿਹੇ ਹੁੰਦੇ ਨੇ, ਜੋ ਸਾਰੀ ਜ਼ਿੰਦਗੀ ਨਾਲ ਰਹਿਣ ਤਾਂ ਹੀ ਚੰਗਾ ਹੁੰਦਾ ਹੈ, ਜਿਨ੍ਹਾਂ ਵਿੱਚੋਂ ਇੱਕ ਰਿਸ਼ਤਾ ਮਾਤਾ ਪਿਤਾ ਦਾ ਹੁੰਦਾ ਹੈ। ਮਾਂ ਇੱਕ ਮੂਰਤ ਹੁੰਦੀ, ਪਿਤਾ ਇੱਕ ਸਾਇਆ ਹੁੰਦਾ ਦੁੱਖਾਂ ਤੋਂ ਬਚਾਉਣ। ਦੋਵੇਂ ਹੋਣ ਤਾਂ ਜ਼ਿੰਦਗੀ ਪੂਰੀ ਹੁੰਦੀ, ਨਾ ਹੋਣ ਤਾਂ ਅਧੂਰੀ। ਇੱਕ ਦਰਦ ਜੋ ਮਾਂ ਨੂੰ ਝੱਟ ਦਿਖ ਜਾਂਦਾ, ਇੱਕ ਤਕਲੀਫ ਜੋ ਪਿਤਾ ਤੋਂ ਕਦੇ ਲੁਕੋ ਨਹੀਂ ਹੁੰਦੀ। ਦੋਵੇਂ ਹੋਣ ਤਾਂ ਜ਼ਿੰਦਗੀ ਪੂਰੀ ਹੁੰਦੀ। ਚਾਹੇ ਰਿਸ਼ਤੇ ਹਜ਼ਾਰ ਹੋਣ ਜ਼ਿੰਦਗੀ ਵਿੱਚ, ਭੈਣ ਭਰਾ, ਚਾਚੇ ਤਾਏ, ਮਾਮੇ ਮਾਸੀਆਂ, ਭੂਆ ਫੁੱਫੜ, ਪਰ ਉਹਨਾਂ ਵਰਗਾ ਕੋਈ ਹੋਰ ਨਹੀਂ ਹੁੰਦਾ। ਦੋਵੇਂ ਹੋਣ ਤਾਂ ਜ਼ਿੰਦਗੀ ਪੂਰੀ ਹੁੰਦੀ, ਨਾ ਉਹਨਾਂ ਵਰਗਾ ਕੋਈ ਪਿਆਰ ਕਰ ਨਹੀਂ ਸਕਦਾ। ਚਾਹੇ ਕੋਈ ਵੀ ਹੋਵੇ, ਪਰ ਉਹਨਾਂ ਦੀ ਕਮੀ ਕੋਈ ਪੂਰੀ ਕਰ ਨਹੀਂ ਸਕਦਾ। ਦੋਵੇਂ ਹੋਣ ਤਾਂ ਜ਼ਿੰਦਗੀ ਪੂਰੀ ਹੁੰਦੀ, ਨਾ ਹੋਣ ਤਾਂ। ਹੋਰ ਸਾਹਿਤਿਕ ਰਚਨਾਵਾਂ ਸੁਣਨ ਦੇ ਲਈ ਜੁੜੇ ਰਹੋ ਚੈਨਲ ਦੇ ਨਾਲ।